ਪਿੱਛੀ ਚੰਦ ਨੂੰ ਵੀ ਨਾਲ ਲੈਂਦੇ ਨੇ, ਮਾਤ ਗੰਗਾ ਨੂੰ ਵੀ ਨਾਲ ਲੈਂਦੇ ਨੇ ਤੇ ਮਾਤ ਬੀਬੀ ਕਰਮੋ ਨੂੰ ਵੀ, ਜਿਹੜੀ ਪਿੱਛੀ ਚੰਦ ਦੇ ਘਰੋਂ ਮਾਤਾ ਬੀਬੀ ਉਹਨੂੰ ਵੀ ਨਾਲ ਲੈਂਦੇ ਨੇ। ਸਾਰਾ ਪਰਿਵਾਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ, ਜਿਹੜੇ ਹਜੇ ਹਰਗੋਬਿੰਦ ਨੇ 5 ਸਾਲ ਦੀ ਉਮਰ ਵਿੱਚ ਦੁਰਗਿਆਨਾ ਮੰਦਰ ਦੁਰਗਾ ਦੇਵੀ ਦੇ ਦਰਸ਼ਨ ਕਰਾਉਣ ਤੇ ਉਹਦੀ ਪੂਜਾ ਕਰਨ ਵਾਸਤੇ ਲੈ ਕੇ ਜਾਂਦੇ ਨੇ ਗੁਰੂ ਅਰਜਨ ਪਾਤਸ਼ਾਹ ਆਪ। ਹਾਲਾਂਕਿ ਉਦੋਂ ਦੁਰਗਿਆਨਾ ਮੰਦਰ ਹੈ ਹੀ ਨਹੀਂ ਸੀ, ਵੜ ਜਾਂਦੇ ਨੇ ਦੁਰਗਿਆਨਾ ਮੰਦਰ ਤਾਂ ਹੁਣ ਬੜੀ ਕੁਛ ਵਾਰੇ ਦਹਾਕੇ ਪਹਿਲਾਂ, ਉਦੋਂ ਦੁਰਗਿਆਨਾ ਮੰਦਰ ਹੈ ਨਹੀਂ ਸੀ, ਉੱਥੇ ਦੁਰਗਿਆਨਾ ਲਿਖਿਆ ਹੋਇਆ। ਤੇ ਜਾਣ ਵਾਲੇ ਕੌਣ ਨੇ ਗੁਰੂ ਅਰਜਨ ਸਾਹਿਬ? ਗਏ ਕਿਸ ਲਈ ਨੇ ਕਿ ਦੁਰਗਾ ਦੀ ਪੂਜਾ ਕਰਨ ਵਾਸਤੇ, ਉਹ ਭਲਿਓ ਇਹ ਸਭ ਕੁਝ ਕਿਉਂ ਹੋ ਰਿਹਾ ਹੈ? ਤਾਂ ਕਿ ਸਿੱਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੰਸੈਪਟ, ਜਿਹੜਾ ਸਿੱਖੀ ਕੰਸੈਪਟ ਹੈ, ਉਹਨੂੰ ਤਸ਼ਨੇਸ਼ ਕੀਤਾ ਜਾਏ। ਇੱਕ ਗ੍ਰੰਥ ਨੇ ਕਈ ਗ੍ਰੰਥ ਦਾ ਉਸੇ ਵਿੱਚ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੌਲਾਂ ਨੂੰ ਆਖਿਆ, ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਮੈਂ ਆਉਣ ਵਾਲੇ ਸਮੇਂ ਅੰਦਰ ਇਸਤਰੀ ਨਾਲ ਸੰਬੰਧ ਨਹੀਂ ਰੱਖਾਂਗਾ, ਮੇਰੇ ਘਰ ਵਿੱਚ ਜਿੰਨੀ ਸੰਤਾਨ ਹੋਵੇਗੀ ਮੇਰੇ ਪਰਿਵਾਰ ਵਿੱਚ ਕੇਵਲ ਇੱਕ ਮੰਤਰ ਕਾਗਜ਼ ਤੇ ਲਿਖ ਕੇ ਦਿਆਂਗਾ, ਆਪਣੀਆਂ ਨੂੰਹਾਂ ਨੂੰ ਆਪਣੀਆਂ ਪਤਨੀਆਂ ਨੂੰ ਉਹਨੂੰ ਚੂਸ ਲੈਣਗੀਆਂ ਸਤਨਾਮ ਮੰਤਰ ਨੂੰ ਤੇ ਗਰਭਵਤੀ ਹੋ ਜਾਣਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿ ਰਿਹਾ ਜੈਸੇ ਮਾਤ ਪਿਤਾ ਬਿਰਬਾਲ ਨਾ ਹੋਏ, ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿ ਰਿਹਾ ਮੇਰੇ ਮਾਤ ਪਿਤਾ ਪਿੰਡ ਕਮਾਇਆ ਤਿਲਕਰ ਤੇ ਲੇਖ ਲਿਖਾਇਆ। ਉਹ ਭਲਿਓ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਕੰਸੈਪਟ ਨੂੰ ਖੰਡਨ ਕਰਕੇ ਹਿੰਦੂ ਮੈਥਾਲੋਜੀ ਨੂੰ ਸਾਡੇ ਵਿੱਚ ਪ੍ਰਵੇਸ਼ ਕਰਨ ਲਈ 4 ਚੁਫੇਰੇ ਗ੍ਰੰਥ ਛੱਡ ਦਿੱਤੇ ਗਏ ਨੇ, ਔਰ ਉਹ ਜਿੰਨੇ ਗ੍ਰੰਥ ਨੇ ਉਹ ਸਾਰੇ ਤੁਸੀਂ ਵੇਖੋਗੇ ਗੁਰੂਆਂ ਦੇ ਨਾਮ ਤੇ, ਮਹਾਨ ਸਿੱਖਾਂ ਦੇ ਨਾਮ ਤੇ। ਸਾਨੂੰ ਭੁਲੇਖਾ ਪੈ ਸਕੇ, ਅਸੀਂ ਸਮਝ ਸਕੀਏ, ਜੇ ਭਾਈ ਮਨੀ ਸਿੰਘ ਇਜਾਜ਼ਤ ਦੇ ਸਕਦੇ ਨੇ ਫਿਰ ਸਾਨੂੰ ਹੋਰ ਕਿਸੇ ਕੋਲ ਪੁੱਛਣ ਦੀ ਕੀ ਲੋੜ ਹੈ? ਜੇ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਕਹਿ ਸਕਦੇ ਨੇ ਕਿ 6 ਮਹੀਨੇ ਤੋਂ ਜ਼ਿਆਦਾ ਬਾਹਰ ਨਹੀਂ ਤੂੰ ਬਾਹਰ ਵਿਆਹ ਕਰਾ ਸਕਣਾ, ਜੇ ਗੁਰੂ ਗੋਬਿੰਦ ਸਿੰਘ ਸਾਹਿਬ, ਜੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਵਕਤ ਦਾ ਜਿਹੜਾ ਹਿਸਟਰੀ ਕਲ ਦੌਰੀ ਕਲ ਬੜਾ ਵੱਡਾ ਗ੍ਰੰਥ ਮੰਨਿਆ ਜਾਂਦਾ, ਗੁਰੂ ਬਿਲਾਸ ਪਾਤਸ਼ਾਹ ਜੀ 6ਵੀਂ ਦਿਨ ਦੀ ਸੰਪਾਦਨਾ ਹੁਣ ਫਿਰ ਦੁਬਾਰਾ ਹੋ ਰਹੀ ਹੈ, ਕਿਉਂਕਿ ਇੱਕ ਖਿਆਲ ਕਰਿਓ ਬੜੀ ਚਲਾਕੀ ਤੇ ਚੁਸਤੀ ਨਾਲ ਜਦੋਂ ਸਿੱਖੀ ਜੰਗਲਾਂ ਵਿੱਚ ਸੀ, ਬਿਸਲਾਂ ਦੇ ਰੂਪ ਵਿੱਚ ਘਰੋਂ ਬੇਕਾਰ ਹੋਏ ਹੋਏ ਸਨ, ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ ਸਨ, ਉਦੋਂ ਇਹੋ ਜਿਹੇ ਗ੍ਰੰਥ ਪੈਦਾ ਕਰਕੇ ਸਾਡੇ ਵਿੱਚ ਪ੍ਰਵੇਸ਼ ਹੋ ਗਏ ਤਾਂ ਕਿ ਸਿੱਖੀ ਨੂੰ ਗੁੰਮਰਾਹ ਕਰਕੇ ਭੁਲੇਖੇ ਵਿੱਚ ਪਾ ਕੇ ਆਸਾਨੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੋੜ ਕੇ ਜਾਂ ਹਿੰਦੂ ਮੈਥਾਲੋਜੀ ਵਿੱਚ ਲਿਆਉਂਦਾ ਜਾਏ ਜਾਂ ਖਤਮ ਹੋ ਜਾਏ। ਇਸ ਲਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦਾ ਇਹ ਸ਼ਬਦ ਤੁਹਾਡੇ ਨਾਲ ਸਾਂਝਾ ਕੀਤਾ ਹੈ। ਗੁਰੂ ਆਖਦਾ ਉਹ ਭਲਿਆ ਕਿਉਂ ਭੁੱਲ ਗਿਆ, ਵੈਰੀ ਤੇ ਮਿੱਤਰ ਦੀ ਪਛਾਣ ਕਰ, ਕੱਚ ਤੇ ਕੰਚਨ ਦਾ ਜਿਹੜਾ ਫਰਕ ਹੈ ਉਸ ਨੂੰ ਸਮਝ ਲੈ, ਤਾਂ ਕਿ ਕੋਈ ਐਸਾ ਨਾ ਹੋਵੇ ਕੰਚਨ ਦੇ ਭੁਲੇਖੇ ਤੇਰੇ ਘਰ ਵਿੱਚ ਕੱਚ ਵੜ ਜਾਏ। ਸਤਿਗੁਰੂ ਕਹਿਣ ਲੱਗੇ ਕੱਚ ਬਿਹਾਜਨ ਕੰਚਨ ਛਾਡਨ ਕੱਚ ਬਿਹਾਜਨ ਕੰਚਨ ਛਾਡਨ ਬੈਰੀ ਸੰਹੇਤ ਸਜਨ ਤਿਆਗ ਕਰੇ ਬੈਰੀ ਸੰਹੇਤ ਸਜਨ ਤਿਆਗ ਕਰੇ ਐਸੇ ਸੇ
श्री गुरु ग्रंथ साहब के कंसैप्ट तो कोहां दूर ले जांदियां। बाबा गुरदत्ता जी का जन्म होया दमोदरी जी के घर विच, ते होया कि मन विच ख्याल आ गया गुरु नानक साहब दी अंशवंश है। ते जदो जन्म होया उदो लंबा चिट्टा दाड़ा सी, सिरली ते टोपी पाई हुई सी। जन्म वेले गुरु आखदा नंग वाहो नंग सदासी, जदों तू आया नंगा सी, कपड़ा कोई नहीं सी, नंगे आवन ना के जाना। पर माता दवोदी ने कहा जदों पुत्र का जन्म होया बाबा गुरदत्ता जी का, उदों उन्हें सिरी ते टोपी पाई हुई सी, लंबा चिट्टा दाड़ा सी। ये वेखदिया सार जिन्नियां बीबियां बैठियां सन ना कोल उस टाइम ते जन्म वेले, सारिया ने घुंड कट। मैं हैरान हाँ क्यों दिया चीजा ग्रंथा विच पा के साडे घर विच छड़ दित्तियां गईआं। नाम गुरुआ दा जिन्नियां बीबियां बैठियां सन उन्हां वेख्या बुजुर्ग पैदा हो गया, ते उस वेले दे रिवाज मुताबक बुजुर्गां कोलों हर बीबी घुंड कढ़दी सी। जिन्नियां बीबियां उस वेले कोल बैठियां सन माता दमोदरी दे, सब ने घुंड कढ़ लिया। माता दमोदरी ने बेनती कीती, जी इह पोजिशन की तुसीं मेरे घर बच्चा दे रूप में जन्म लिया है, पर बिरध अवस्था में चिट्टे दौड़े तो सिरी टोपी नाल लिया है, तो इस तरह करके सारिया बीबियां घुंड कढ़ के मुँह छुपा के बैठिया ने, कृपा करो अपने असल रूप में आओ। तो उस तो बाद बाबा गुरदत्ता जी मुड़ के बचपन के रूप में गए, सिरी भी उड़ गई, टोपी भी उड़ गई, दड़ा भी उड़ गया। कि भी मजाक ये खास पढ़न गए साढ़े बच्चे, तो कि सिखी को मजाक नहीं करेंगे तो हो क्या होगा। इसलिए पर आस पास बिखवा के कुंटा एक नई लाइना लगा देना, यह जे ग्रंथ साढ़े दुआले पढ़ के नाम गुरुआ का नाम बड़े बड़े सिखा का, तो सारी दहर साढ़े दुआले को जे थोड़ा मन मन जाए बड़ी खुशी गल मने, पर पढ़े जरूर का कि असी मुगल के बचना पैगी, सानू ना कोई धोखा ना कर सके, सानू पछाण हो गए कच के कंचन में की होता है। यह ना हो कच के कंचन के भुलेखे कच में भी हट दे रही है, असी वैरी ते मित्र दी पड़चोल ना कर सकीए, काट बेहाजन कंचन छाड़न बैरी संग हेत, सर्जन त्याग खरे ऐसे काहे पुल परे। यो जी पुल तो बचना है इन्हा शब्दा नाल के मैं दे जाते कहां, पते बुलाओ वाहिगुरु जी का खालसा वाहिगुरु जी।